हाँ जी, यूनिट 8 का साडे कोल क्वेश्चन है वक्ख वक्ख सिद्धांतकारां दे समाजिक परिवर्तन दे रेखी या उद्विगासी सिद्धांत दा वर्णन करो। हुण जे गल करिए समाजिक परिवर्तन दी, तां समाज दे विच जो भी परिवर्तन हुंदा है जां जो भी साडे कोल साइकल चलदा रहिंदा है उस नूं असीं समाजिक परिवर्तन कहिंदे हां। तां साडे कोल जिहड़े सिद्धांतकार ने उहनां दा मनणा है कि इह जिहड़ा परिवर्तन हुंदा है इक सिद्धी रेखा दे विच ਉੱਪਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉੱਪਰ ਵੱਲ ਅਲੱਗ ਅਲੱਗ ਚਰਣਾਂ ਦੇ ਵਿੱਚ ਹੁੰਦਾ ਰਹਿੰਦਾ ਏ ਤੇ ਉਦਵਿਕਾਸੀ ਦਾ ਮਤਲਬ ਹੁੰਦਾ ਏ ਇਵੋਲਿਊਸ਼ਨ। ਤਾਂ ਇਸ ਸਿਧਾਂਤ ਦੇ ਵਿੱਚ ਕਾਮਟ, ਸਪੇਸਰ, ਹਬ ਹਾਊਸ ਅਲੱਗ ਅਲੱਗ ਵਿਦਵਾਨਾਂ ਨੇ ਆਪਣੀਆਂ ਅਲੱਗ ਅਲੱਗ ਸਿਧਾਂਤਾਂ ਨੂੰ ਸਾਡੇ ਸਾਹਮਣੇ ਰੱਖਿਆ ਏ ਜਿਨ੍ਹਾਂ ਦਾ ਵਰਣਨ ਅਸੀਂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਸਾਡੇ ਕੋਲ ਕਾਮਟ ਦਾ ਸਿਧਾਂਤ। ਤਾਂ ਹੁਣ ਆਗਸਟ ਕਾਮਟੇ ਸੀਗੇ ਜੋ ਜਿਨ੍ਹਾਂ ਨੇ ਸਾਡੇ ਕੋਲ ਸੋਸ਼ੋਲੋਜੀ ਦਾ ਸਿਧਾਂਤ ਲੈ ਕੇ ਆਂਦਾ ਸੀ, ਉਹਨਾਂ ਨੇ ਦੱਸਿਆ ਏ ਕਿ ਸਮਾਜਿਕ ਪਰਿਵਰਤਨ ਦਾ ਸੰਬੰਧ ਮਨੁੱਖ ਦੇ ਬੌਧਿਕ ਵਿਕਾਸ ਦੇ ਨਾਲ ਜੁੜਿਆ ਹੋਇਆ ਏ। ਬੌਧਿਕ ਵਿਕਾਸ ਮਤਲਬ ਸਾਡੀ ਬੁੱਧੀ ਦੇ ਵਿਕਾਸ ਨਾਲ ਜੁੜਿਆ ਹੋਇਆ ਏ। ਇਹਦੇ ਵਿੱਚ ਉਹਨਾਂ ਨੇ ਤਿੰਨ ਮੁੱਖ ਪੱਧਰ ਮੰਨੇ ਹਨ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆਂਦਾ ਹੈ ਧਾਰਮਿਕ ਪੱਧਰ। ਤਾਂ ਜਦੋਂ ਮਨੁੱਖ ਹਰ ਘਟਨਾ ਨੂੰ ਈਸ਼ਵਰ ਦੇ ਸੰਬੰਧ ਵਿੱਚ ਸਮਝਦਾ ਏ, ਉਸ ਨੂੰ ਉਹ ਧਾਰਮਿਕ ਪੱਧਰ ਦੇ ਵਿੱਚ ਲੈਂਦੇ ਨੇ। ਤਾਤਵਿਕ ਪੱਧਰ ਦੇ ਵਿੱਚ ਮਨੁੱਖੀ ਘਟਨਾਵਾਂ ਦੀ ਵਿਆਖਿਆ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਕੀਤੀ ਜਾਂਦੀ ਆ। ਮਤਲਬ ਜਿਵੇਂ ਵੀ ਵਿਅਕਤੀ ਗੁਣਵਾਨ ਹੈਗਾ ਜਾਂ ਕਿਸੇ ਕੋਲ ਕਿਸੇ ਚੀਜ਼ ਦਾ ਗੁਣ ਨਹੀਂ ਹੈਗਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਤਾਤਵਿਕ ਪੱਧਰ ਦੇ ਵਿੱਚ ਮੰਨਦੇ ਹਾਂ। ਤੇ ਲਾਸਟ ਵਿੱਚ ਆਉਂਦਾ ਹੈ ਵਿਗਿਆਨਿਕ ਪੱਧਰ, ਜਿਸ ਦੇ ਵਿੱਚ ਵਿਚਾਰਾਂ ਤੇ ਨਿਯਮਾਂ ਦੇ ਨਾਲ ਅਸੀਂ ਸੰਬੰਧਿਤ ਸਾਰੀਆਂ ਗੱਲਾਂ ਕਰਦੇ ਹਾਂ। ਤੇ ਇਹਨਾਂ ਸਭ ਦੇ ਵਿਕਾਸ ਕਰਕੇ ਹੀ ਸਮਾਜ ਵਿੱਚ ਪਰਿਵਰਤਨ ਹੁੰਦਾ ਹੈ, ਇਹ ਕਾਮਟੇ ਦਾ ਸਿਧਾਂਤ ਸਾਡੇ ਕੋਲ ਸਾਹਮਣੇ ਆਉਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਸਪੇਸਰ ਦਾ ਸਿਧਾਂਤ। ਹੁਣ ਜੇ ਸਪੇਸਰ ਦੀ ਗੱਲ ਕਰੀਏ ਤਾਂ ਇਹਦੇ ਅਨੁਸਾਰ ਸਮਾਜ ਦੇ ਵਿੱਚ ਸਿਰਫ ਇੱਕੋ ਚੀਜ਼ ਸ਼ਕਤੀਸ਼ਾਲੀ ਹੈ, ਜੋ ਹੈ ਪ੍ਰਾਣੀ। ਤਾਂ ਜੇ ਸਪੇਸਰ ਦੀ ਗੱਲ ਕਰੀਏ ਤਾਂ ਇਹਦਾ ਮੰਨਣਾ ਹੈ ਜੋ ਪ੍ਰਾਣੀ ਸ਼ਕਤੀਸ਼ਾਲੀ ਹੈ ਉਹਦੇ ਹੀ ਬੱਚੇ ਸਾਡੇ ਸਮਾਜ ਦੇ ਵਿੱਚ ਰਹਿੰਦੇ ਹਨ ਤੇ ਉਹੀ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਜਿਹੜੇ ਵੀ ਪ੍ਰਾਣੀ ਕਮਜ਼ੋਰ ਹੁੰਦੇ ਨੇ ਉਹ ਸਮੇਂ ਦੇ ਨਾਲ ਨਾਲ ਖਤਮ ਹੋ ਜਾਂਦੇ ਨੇ ਜਾਂ ਉਹਨਾਂ ਦੀ ਆਪਣੀ ਸੰਸਕ੍ਰਿਤੀ ਖਤਮ ਹੋ ਜਾਂਦੀ ਆ। ਸ਼ਕਤੀਸ਼ਾਲੀ ਲੋਕਾਂ ਦੇ ਸ਼ਕਤੀਸ਼ਾਲੀ ਹੀ ਬੱਚੇ ਸਾਡੇ ਸਮਾਜ ਨੂੰ ਪਰਿਵਰਤਿਤ ਕਰਦੇ ਹਨ। ਨਵੀਂ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਉੱਨਤੀ ਕਰਦੀ ਹੈ ਤੇ ਇਸ ਤਰ੍ਹਾਂ ਸਮਾਜ ਨੂੰ ਅੱਗੇ ਵਧਾਉਂਦੀ ਹੈ, ਜਿਸ ਨਾਲ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਕਾਰਲ ਮਾਰਕਸ ਦਾ ਸਿਧਾਂਤ। ਇਹਦੇ ਸਿਧਾਂਤ ਨੂੰ ਸਾਡੇ ਕੋਲ ਸਭ ਤੋਂ ਜ਼ਿਆਦਾ ਕ੍ਰਾਂਤੀਕਾਰੀ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਰਕਸਵਾਦ ਦੇ ਸਿਧਾਂਤ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮਨੁੱਖੀ ਇਤਿਹਾਸ ਦੀ ਭੌਤਿਕ ਵਿਆਖਿਆ ਕੀਤੇ ਅਤੇ ਮਨੁੱਖੀ ਇਤਿਹਾਸ ਵਿੱਚ ਹੁਣ ਤੱਕ ਜੋ ਪਰਿਵਰਤਨ ਹੋਏ ਨੇ ਉਹ ਉਤਪਾਦਨ ਪ੍ਰਣਾਲੀ ਅਤੇ ਆਰਥਿਕ ਪ੍ਰਣਾਲੀ ਵਿੱਚ ਪਰਿਵਰਤਨ ਕਾਰਨ ਹੋਏ ਨੇ। ਤਾਂ ਕਾਰਲ ਮਾਰਕਸ ਦਾ ਕਹਿਣਾ ਹੈ ਜਿੰਨੇ ਵੀ ਸਾਡੇ ਕੋਲ ਸਮਾਜ ਦੇ ਵਿੱਚ ਪਰਿਵਰਤਨ ਹੋਏ ਨੇ ਉਹ ਉਤਪਾਦਨ ਪ੍ਰਣਾਲੀ ਅਤੇ ਆਰਥਿਕ ਪ੍ਰਣਾਲੀ ਇਹਨਾਂ ਦੋਨਾਂ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਨਾਲ ਸਾਡੇ ਸਮਾਜ ਦੇ ਵਿੱਚ ਵੀ ਪਰਿਵਰਤਨ ਹੋਏ ਨੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਥਾਰਸਟੀਨ ਵੈਬਲਿਨ ਦਾ ਸਿਧਾਂਤ। ਇਹਨੇ ਦੱਸਿਆ ਏ ਸਾਡੇ ਕੋਲ ਪ੍ਰਦਯੋਗਿਕ ਦਿਸ਼ਾਵਾਂ ਕਰਕੇ ਹੀ ਸਮਾਜ ਦੇ ਵਿੱਚ ਜਿੰਨੇ ਵੀ ਪਰਿਵਰਤਨ ਆਉਂਦੇ ਹਨ ਉਹ ਸਾਡੇ ਪ੍ਰਦਯੋਗਿਕ ਦਿਸ਼ਾਵਾਂ ਕਰਕੇ ਆਉਂਦੇ ਨੇ। ਇਹਨਾਂ ਦੇ ਅਨੁਸਾਰ ਭੌਤਿਕ ਪਰਿਵਰਤਨ ਦੇ ਕਾਰਨ ਹੀ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਏ। ਜਿਵੇਂ ਜਿਵੇਂ ਮਨੁੱਖ ਆਪਣੀਆਂ ਆਦਤਾਂ ਨੂੰ ਕਾਬੂ ਕਰਦਾ ਏ ਤੇ ਨਵੀਆਂ ਆਦਤਾਂ ਬਣਾਉਂਦਾ ਏ ਉਹਦੇ ਨਾਲ ਭੌਤਿਕ ਪਰਿਵਰਤਨ ਆਉਂਦੇ ਰਹਿੰਦੇ ਹਨ ਤੇ ਇਹਨਾਂ ਕਰਕੇ ਹੀ ਨਵੇਂ ਸਮਾਜ ਦੀਆਂ ਜਾਂ ਨਵੀਆਂ ਸੰਸਥਾਵਾਂ ਦਾ ਨਿਰਮਾਣ ਹੁੰਦਾ ਰਹਿੰਦਾ ਏ ਤੇ ਇਸ ਨਾਲ ਸਾਡੇ ਸਮਾਜਿਕ ਢਾਂਚੇ ਵਿੱਚ ਪਰਿਵਰਤਨ ਆਉਂਦਾ ਹੈ। ਜੇ ਇਹਦੀ ਗੱਲ ਕਰੀਏ ਭੌਤਿਕ ਪਰਿਵਰਤਨ ਦੀ ਤਾਂ ਭੌਤਿਕ ਪਰਿਵਰਤਨ ਉਹ ਹੁੰਦਾ ਏ ਜਿਹੜਾ ਮਟੀਰੀਅਲ ਕਰਕੇ ਬਣ ਰਿਹਾ ਏ। ਜਿਵੇਂ ਲੋਕ ਪਹਿਲਾਂ ਰਹਿਣ ਲਈ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਜਾਂ ਉਹਨਾਂ ਕੋਲ ਆਪਣਾ ਪੱਕੇ ਠਿਕਾਣੇ ਨਹੀਂ ਹੁੰਦੇ ਸੀ, ਪਰ ਅੱਜ ਕੱਲ੍ਹ ਕਿੰਨਾ ਜ਼ਿਆਦਾ ਅਸੀਂ ਡਿਵੈਲਪਮੈਂਟ ਕਰ ਲਈਆਂ, ਪੱਕੇ ਘਰਾਂ ਦੇ ਵਿੱਚ ਰਹਿ ਰਹੇ ਹਾਂ ਜਾਂ ਪੁਲਾਂ ਦਾ ਨਿਰਮਾਣ ਕਰ ਲਿਆ, ਸੜਕਾਂ ਦਾ ਨਿਰਮਾਣ ਕਰ ਲਿਆ। ਤਾਂ ਇਸ ਤਰ੍ਹਾਂ ਕਹਿੰਦੇ ਜੋ ਸਮਾਜ ਦੇ ਵਿੱਚ ਪਰਿਵਰਤਨ ਆ ਰਿਹਾ ਏ ਉਹ ਭੌਤਿਕ ਪਰਿਵਰਤਨਾਂ ਕਰਕੇ ਬਦਲਾਵ ਆ ਰਿਹਾ ਏ। ਇਹ ਹੈ ਥਾਰਸਟੀਨ ਵੈਬਲਿਨ ਦਾ ਸਿਧਾਂਤ। ਤਾਂ ਇਹਨਾਂ ਸਿਧਾਂਤਾਂ ਦੇ ਵਿੱਚ ਇਹੀ ਦੱਸਿਆ ਹੋਇਆ ਏ ਸਮਾਜਿਕ ਪਰਿਵਰਤਨ ਵਿੱਚ ਸਾਡੇ ਕੋਲ ਉਦਵਿਕਾਸੀ ਜਾਂ ਰੇਖੀ ਪਰਿਵਰਤਨ ਕਿਵੇਂ ਕਿਵੇਂ ਹੁੰਦਾ ਏ। ਇੱਕ ਲਾਈਨ ਦੇ ਵਿੱਚੋਂ ਅਸੀਂ ਇੱਕ ਲਾਈਨ ਦੇ ਵਿੱਚ ਹੀ ਚੱਲ ਰਹੇ ਹਾਂ, ਉਹਦੇ ਵਿੱਚ ਹੇਠਾਂ ਤੋਂ ਉੱਪਰ ਵੱਲ ਨੂੰ ਚੱਲਦੇ ਰਹੇ ਜਾਂ ਉੱਪਰ ਤੋਂ ਕਈ ਵਾਰ ਹੇਠਾਂ ਵੱਲ ਨੂੰ ਚੱਲਦੇ ਹਾਂ। ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ।